ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅਸੀਂ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਪ੍ਰੀ ਬੋਰਡ ਤੇ ਫਾਈਨਲ ਪੇਪਰ ਹੋਣ ਜਾ ਰਹੇ ਹਨ ਉਹਨਾਂ ਦੇ ਅਸੀਂ ਸੈਂਪਲ ਪੇਪਰ ਲੈ ਕੇ ਆਂਦੇ ਹਾਂ ਸਾਰੀ ਕਲਾਸਾਂ ਦੇ ਲਈ ਠੀਕ ਹੈ ਜੀ ਉਹ ਵੀ ਪੂਰੀ ਤਰ੍ਹਾਂ ਸੋਲਵ ਕੀਤੇ ਹੁੰਦੇ ਹਨ ਵਿਦਿਆਰਥੀਆਂ ਦੀ ਸਹੂਲਤ ਦੇ ਲਈ ਠੀਕ ਹੈ ਜੀ ਸੋ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਲੈ ਕੇ ਆਏ ਹਾਂ 7ਵੀਂ ਜਮਾਤ ਦਾ ਜਿਹੜਾ ਹੈ ਇੰਗਲਿਸ਼ ਦਾ ਜਿਹੜਾ ਪੇਪਰ ਹੈ ਸੈਂਪਲ ਟੈਸਟ ਪੇਪਰ ਔਰ ਉਹ ਵੀ ਅਸੀਂ ਵੀ ਲੈ ਕੇ ਉਕੇ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਵੀ ਬਹੁਤ ਸਾਰੇ ਕਮੈਂਟ ਆ ਰਹੇ ਸਨ ਕਿ ਸਰ ਸਾਡੇ ਲਈ ਵੀ ਜਿਦਾਂ ਤੁਸੀਂ ਸੈਂਪਲ ਪੇਪਰ ਲੈ ਕੇ ਆਇਆ ਹੋ ਲੈ ਕੇ ਆਓ ਜਲਦੀ ਸੋ ਲੈ ਕੇ ਆਏ ਹਾਂ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਸੋ ਸ਼ੁਰੂ ਕਰਦੇ ਹਾਂ ਸੋ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੇ ਪੇਪਰਾਂ ਦੇ ਅਪਡੇਟ ਤੁਹਾਨੂੰ ਮਿਲਦੇ ਰਹਿਣ ਠੀਕ ਹੈ ਜੀ ਤੇ ਨਾਲ ਹੀ ਚੈਨਲ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਕਰੋ ਕਮੈਂਟ ਵੀ ਕਰਦੇ ਕਰੋ ਜੇਕਰ ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਹੈ ਜਾਂ ਕੋਈ ਚੀਜ਼ ਵਧੀਆ ਲੱਗੀ ਹੈ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਉਸ ਤੋਂ ਸਾਨੂੰ ਵੀ ਅਸੀਂ ਉਹ ਅਗਲੀ ਵਾਰੀ ਅਗਲੀ ਵੀਡੀਓ ਉਸ ਚੀਜ਼ ਦਾ ਸੁਧਾਰ ਕਰਕੇ ਲੈ ਕੇ ਆਈਏ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਸੋ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਦੇਣਾ ਚਾਹੁੰਦੇ ਹਾਂ ਵੈਸੇ ਅਸੀਂ ਹਰ ਵੀਡੀਓ ਦੇ ਵਿੱਚ ਦਿੰਦੇ ਹਾਂ ਪਰ ਜਿਹੜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਹਨ ਲਈ ਇਹ ਬੇਹੱਜੂਰੂਰੀ ਹੈ ਸਾਡੀ ਅਫੀਸ਼ੀਅਲ ਵੈਬਸਾਈਟ ਹੈ www.thepunjabiclass.com ਮੈਂ ਇੱਕ ਵਾਰੀ ਫੇਰ ਬੀਡ ਕਰ ਦਿੰਦਾ ਹਾਂ www.thepunjabiclass.com ਸੋ ਦੋਸਤੋ ਤੁਹਾਨੂੰ ਕਿਸੇ ਵੀ ਸਬਜੈਕਟ ਜਾਂ ਕਿਸੇ ਵੀ ਕਲਾਸ ਦੇ ਕਿਸੇ ਵੀ ਸਬਜੈਕਟ ਦਾ ਕੋਈ ਵੀ ਪੇਪਰ ਜੇਕਰ ਤੁਹਾਨੂੰ ਚਾਹੀਦਾ ਹੈ ਉਹ ਇੱਥੇ ਤੁਹਾਨੂੰ ਮਿਲ ਜਾਏਗਾ ਪੂਰੀ ਤਰ੍ਹਾਂ ਹੱਲ ਕੀਤਾ ਹੋਇਆ ਅਤੇ ਨਾਲ ਹੀ ਇੰਗਲਿਸ਼ ਤੇ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਜਿਵੇਂ ਮੰਨ ਲਓ ਐਸਐਸਟੀ ਦਾ ਪੇਪਰ ਹੈ ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਕਮੈਂਟ ਆਉਂਦੇ ਆ ਸਰ ਇੰਗਲਿਸ਼ ਚ ਪਾ ਦਿਓ ਜਾਂ ਕਈ ਕਹਿੰਦੇ ਹਨ ਪੰਜਾਬੀ ਚ ਪਾ ਦਿਓ ਸੋ ਉੱਥੇ ਤੁਹਾਨੂੰ ਇੰਗਲਿਸ਼ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਮਿਲ ਜਾਣਗੇ ਕਰਨਾ ਕੀ ਹੈ ਤੁਸੀਂ ਮੰਨ ਲਓ ਤੁਸੀਂ 7ਵੀਂ ਦਾ ਹੀ ਚਾਹੀਦਾ ਹੈ 7ਵੀਂ ਕਲਾਸ ਚ ਜਾਣਾ ਹੈ ਐਸਐਸਟੀ ਦਾ ਪੇਪਰ ਖੋਲ ਲੈਣਾ ਹੈ ਪਹਿਲਾ ਉੱਪਰ ਇੰਗਲਿਸ਼ ਆਏਗਾ ਉਹਨੂੰ ਜਦੋਂ ਹੀ ਤੁਸੀਂ ਸਕਰੋਲ ਕਰੋਗੇ ਫਿਰ ਉਹ ਪੇਪਰ ਤੁਹਾਨੂੰ نیچے ਪੰਜਾਬੀ ਦੇ ਵਿੱਚ ਵੀ ਮਿਲ ਜਾਵੇਗਾ ਠੀਕ ਹੈ ਜੀ ਸੋ ਸਾਡੀ ਵੈਬਸਾਈਟ ਤੇ ਜਾਣਾ ਨਾ ਭੁੱਲਣਾ ਉੱਥੇ ਤੁਹਾਨੂੰ ਲਗਾਤਾਰ ਪੇਪਰ ਮਿਲਦੇ ਰਹਿਣਗੇ ਠੀਕ ਹੈ ਜੀ ਸੋ ਆਓ ਸ਼ੁਰੂ ਕਰਦੇ ਹਾਂ 7th ਕਲਾਸ ਪੀਐਸਸੀਬੀ ਇੰਗਲਿਸ਼ ਫਾਈਨਲ ਮਾਡਲ ਸੈਂਪਲ ਟੈਸਟ ਪੇਪਰ 2023 ਫੁਲੀ ਸੌਲਡ ਸੋ ਦੋਸਤੋ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਮਾਡਲ ਟੈਸਟ ਪੇਪਰ ਕਲਾਸ ਹੈ ਆਪਣੀ 7th ਇੰਗਲਿਸ਼ ਦਾ ਪੇਪਰ ਹੈ ਸਮਾਂ ਹੈ 3 ਘੰਟੇ ਦਾ ਸੋ ਜਿਹੜੇ ਮਾਰਕਸ ਨੇ ਉਹਨੇ 80 ਸੋ ਸਭ ਤੋਂ ਪਹਿਲਾਂ ਹੈ ਰੀਡਿੰਗ ਸਕਿਲ ਸੋ ਦੋਸਤੋ ਇਸੀ ਸਾਰਾ ਪੇਪਰ ਅਸੀਂ ਸਕਰੋਲ ਕਰਕੇ ਦਿਖਾਵਾਂਗੇ ਤੇ ਨਾਲ ਹੀ ਅਸੀਂ ਇਸ ਪੇਪਰ ਦਾ ਜਿਹੜਾ ਲਿੰਕ ਹੈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਾ ਦਵਾਂਗੇ ਤੁਹਾਡੀ ਸਹੂਲਤ ਦੇ ਲਈ ਜਿਵੇਂ ਤੁਸੀਂ ਉਹਨੂੰ ਕਲਿੱਕ ਕਰੋਗੇ ਇਹ ਸਾਰੇ ਦਾ ਸਾਰਾ ਪੇਪਰ ਉੱਤੇ ਤੁਹਾਡੇ ਸਾਹਮਣੇ ਡਾਊਨਲੋਡ ਹੋ ਜਾਏਗਾ ਠੀਕ ਹੈ ਜੀ ਇਹ ਸਾਰਾ ਕੁਝ ਤੁਹਾਡੀ ਸਹੂਲਤ ਦੇ ਲਈ ਕੀਤਾ ਹੈ ਠੀਕ ਹੈ ਜੀ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਪੇਪਰ ਦਾ ਲਿੰਕ ਦਿੱਤਾ ਹੋਇਆ ਹੈ ਸੋ ਦੋਸਤੋ ਇਸ ਤੋਂ ਇਲਾਵਾ ਵੀ ਜੇਕਰ ਤੁਹਾਨੂੰ 7ਵੀਂ ਜਮਾਤ ਦੇ ਹੀ ਹੋਰ ਸਬਜੈਕਟਾਂ ਦੇ ਪੇਪਰ ਚਾਹੀਦੇ ਹਨ ਸੈਂਪਲ ਪੇਪਰ ਪੂਰੀ ਤਰ੍ਹਾਂ ਸੋਲਵ ਕੀਤੇ ਹੋਏ ਤਾਂ ਵੈਬਸਾਈਟ ਤੇ ਜਾਣਾ ਹੈ www.thepunjabiclass.com ਸੋ ਇੱਥੇ ਵੈਬਸਾਈਟ ਤੇ ਜਾ ਕੇ ਜਿਹੜਾ ਤੁਸੀਂ ਹੈ ਬਾਕੀ ਦੇ ਸਾਰੇ ਪੇਪਰ ਵੀ ਉੱਥੇ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਸੋ ਦਿਨ ਥੋੜੇ ਹੀ ਰਹਿ ਗਏ ਆ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਪੇਪਰਾਂ ਨੂੰ ਸੋ ਇੱਥੇ ਅਸੀਂ ਲਗਾਤਾਰ ਪੇਪਰ ਅਪਡੇਟ ਕਰਦੇ ਰਹਿੰਦੇ ਹਾਂ ਸੋ ਪੇਪਰ ਇੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ ਬੱਚਿਓ ਬਹੁਤ ਮਿਹਨਤ ਲੱਗਦੀ ਹੈ ਸਾਰਾ ਪੇਪਰ ਟਾਈਪ ਕਰਕੇ ਬਣਾਉਣ ਨੂੰ ਠੀਕ ਹੈ ਜੀ ਤੋ ਤੁਸੀਂ ਜਰੂਰ ਦੇਖਿਓ ਤੇ ਨਾਲੇ ਕਮੈਂਟ ਜਰੂਰ ਕਰਦੇ ਕਰੋ ਜੇਕਰ ਤੁਹਾਨੂੰ ਚੰਗਾ ਲੱਗਾ ਹੈ ਠੀਕ ਹੈ ਜੀ ਸੋ ਬਾਕੀ ਵਿਦਿਆਰਥੀਆਂ ਦੇ ਨਾਲ ਵੀ ਸ਼ੇਅਰ ਜਰੂਰ ਕਰਦੇ ਕਰੋ ਤੇ ਦੋਸਤੋ ਇਸ ਤੋਂ ਇਲਾਵਾ ਸਾਡਾ ਨਾ ਟੈਲੀਗ੍ਰam ਚੈਨਲ ਵੀ ਹੈ ਸੋ ਕਈ ਵਾਰੀ YouTube ਦੇ ਬਹੁਤ ਸਾਰੇ ਨੋਟੀਫਿਕੇਸ਼ਨ ਆਉਂਦੇ ਹਨ ਕਈ ਵਾਰੀ ਮਿਸ ਵੀ ਹੋ ਜਾਂਦੇ ਹਨ ਸੋ ਵਿਦਿਆਰਥੀ ਪੁਰਾਣਾ ਪੇਪਰ ਮੰਗਦੇ ਰਹਿੰਦੇ ਹਨ ਜਿਹੜਾ ਕਿ ਅਸੀਂ ਆਲਰੇਡੀ ਵੀਡੀਓ ਪਾ ਚੁੱਕੇ ਹੁੰਦੇ ਹਾਂ ਠੀਕ ਹੈ ਜੀ ਸੋ ਟੈਲੀਗ੍ਰam ਚੈਨਲ ਨੂੰ ਸਾਡੇ ਨੂੰ ਜੁਆਇਨ ਕਰ ਲੈਣਾ ਉਹਦਾ ਲਿੰਕ ਵੀ ਅਸੀਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਸੋ ਲਿੰਕ ਤੇ ਕਲਿੱਕ ਕਰ ਸੋ ਤੁਸੀਂ ਕੀ ਕਰਨਾ ਹੈ ਟੈਲੀਗ੍ਰਾਮ ਐਪਲੀਕੇਸ਼ਨ ਖੋਲ ਲੈਣੀ ਹੈ ਉੱਤੇ ਸਰਚ ਕਰ ਲੈਣਾ ਹੈ ਪੰਜਾਬੀ ਕਲਾਸ ਚੈਨਲ ਸੋ ਉੱਤੇ ਜਾ ਕੇ ਸਾਨੂੰ ਜੁਆਇਨ ਕਰ ਲੈਣਾ ਹੈ ਠੀਕ ਹੈ ਜੀ ਉੱਤੇ ਅਸੀਂ ਅਸੀਂ ਹਰ ਪੇਪਰ ਦਾ ਅਪਡੇਟ ਪਾਉਂਦੇ ਰਹਿੰਦੇ ਹਾਂ ਉੱਤੇ ਵੀ ਤੁਹਾਡਾ ਕੋਈ ਵੀ ਪੇਪਰ ਜਿਹੜਾ ਹੈ ਮਿਸ ਨਹੀਂ ਹੋਏਗਾ ਠੀਕ ਹੈ ਜੀ ਸੋ ਇਹ ਹੈ 7ਵੀਂ ਜਮਾਤ ਵਾਲਿਆਂ ਦਾ ਇੰਗਲਿਸ਼ ਦਾ ਪੇਪਰ ਬਹੁਤ ਸਾਰੇ ਵਿਦਿਆਰਥੀਆਂ ਦੀ ਲਗਾਤਾਰ ਕਮੈਂਟ ਆ ਰਹੇ ਸਨ ਸੋ ਉਹਨਾਂ ਦੇ ਲਈ ਲੈ ਕੇ ਆਇਆ ਹਾਂ ਸੋ ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਹੈ ਤੁਸੀਂ ਜਰੂਰ ਸਾਨੂੰ ਦੱਸਿਆ ਕਰੋ ਕਿ ਸਰ ਆਹ ਚੀਜ਼ ਇਸ ਤਰ੍ਹਾਂ ਕਰ ਲਓ ਆਹ ਚੀਜ਼ ਇਸ ਤਰ੍ਹਾਂ ਕਰ ਤਾ ਜੋ ਸਾਨੂੰ ਪਤਾ ਲੱਗੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਕਮੈਂਟ ਕਰਦੇ ਸਨ ਪਹਿਲਾਂ ਕਿ ਸਰ ਸਕਰੀਨਸ਼ਾਟ ਲਗਾ ਕੇ ਪੜਨ ਚ ਦਿੱਕਤ ਹੁੰਦੀ ਹੈ ਸੋ ਉਹਦਾ ਹੱਲ ਅਸੀਂ ਲੈ ਕੇ ਆਏ ਸੀਗੇ ਇਹ ਸੋ ਇੱਥੇ ਹੁਣ ਸਾਰੇ ਦਾ ਸਾਰਾ ਪੇਪਰ ਡਾਊਨਲੋਡ ਹੋ ਜਾਂਦਾ ਹੈ ਤਾਂ ਵਿਦਿਆਰਥੀ ਸਾਰੇ ਆਰਾਮ ਨਾਲ ਬੈਠ ਕੇ ਪੜ੍ਹ ਵੀ ਲੈਂਦੇ ਹਨ ਠੀਕ ਹੈ ਜੀ ਸੋ ਇਸੇ ਤਰ੍ਹਾਂ ਦੀ ਜੇਕਰ ਤੁਹਾਨੂੰ ਹੋਰ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਤੁਸੀਂ ਸਾਨੂੰ ਨੀਚੇ ਕਮੈਂਟ ਕਰਕੇ ਜਰੂਰ ਲਿਖੇ ਕਰੋ ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹੀਏ ਠੀਕ ਹੈ ਜੀ ਕਉਂਕੇ ਜੇਕਰ ਰਸੀਵ ਇੱਥੇ ਪੇਪਰ ਪਾ ਰਿਆਂ ਤੇ ਤੁਹਾਨੂੰ ਸਹੂਲਤ ਨਹੀਂ ਮਿਲ ਰਹੀ ਤਾਂ ਉਹਦਾ ਪਾਣ ਦਾ ਕੋਈ ਬੈਨੀਫਿਟ ਨਹੀਂ ਹੈ ਠੀਕ ਹੈ ਜੀ ਸੋ ਨੀਚੇ ਜ਼ਰੂਰ ਕਮੈਂਟ ਕਰਕੇ ਦੱਸੇ ਕਰੋ ਚੰਗਾ ਲੱਗਾ ਹੈ ਤਾਂ ਵੀ ਦੱਸੇ ਕਰੋ ਤੇ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਇਹ ਚੀਜ਼ ਜੀ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਉਹ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੇ ਕਰੋ ਸੋ ਦੋਸਤੋ ਇਹ ਸਾਰਾ ਪੇਪਰ ਅਸੀਂ ਸਕਰੋਲ ਕਰਾਂਗੇ ਤੁਸੀਂ ਦੇਖ ਲੈਣਾ ਤੋਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵਾਂ ਪੇਪਰ ਲੈ ਕੇ ਤਦ ਤੱਕ ਲਈ ਧੰਨਵਾਦ